शहर का विकास पहलू है जी, सब तो पहलों लोग साढ़े नाल, पूरा शहर मेरे नाल है जी, बहुत सपोर्ट मिल रही, फुल सपोर्ट, डेफिनेटली जितांगे, 200 तो वध वोट जीतूंगा जी, मेरा नाल पूरा वार्ड नहीं, मेरा शहर पूरा मेरे नाल है। नमस्कार, सांझ टीवी देख रहे सारे दर्शकों का स्वागत है। मैं सुनैना, जिवें कि तुहानू पता है कि नगर निगम चोणां दा जिहड़ा कि विगल वज चुका है, तो हर एक जिहड़े कि पार्टियां दे जिहड़े कि नुमाइंदे आ उम्मीदवार अपनी किस्मत अजमाउणा चाहुंदे आ, ते अज जिहड़े कि नामजदगी पेपर दाखिल करवाउण पहुंचे आ फलोर दे विखे, ते अज जिहड़े कि उम्मीदवार खड़े ने वार्ड नंबर 2 तों नूरमहल तों, उन्हां नाल गल्लबात करदे कि उन्हां दीआं वार्ड वासियां लई की प्लैनिंग्स होणगीआं। पहले तां सर तुहाडा सांझ टीवी ते बहुत बहुत स्वागत। थैंक यू जी, धन्नवाद। अनिल महल जी, तुसीं की लोकां दे विच मतलब मेन मुद्दा लग की विचरोंगे? शहर दा विकास पहलू है जी, सब तो पहलों वार्ड दा और शहर दा पूरे दा विकास करना चाहते हैं असीं, वो साडा पहला मुद्दा है कि शहर दा पूरे दा विकास फर्स्ट साडा है। ਜਿਵੇਂ ਕਿ ਤੁਸੀਂ ਵੀ ਕਿਹਾ ਕਿ ਲੋਕਾਂ ਨੇ ਵੀ ਇਹ ਕਿਹਾ ਕਿ ਕਾਫੀ ਲੰਬੇ ਸਮੇਂ ਤੋਂ ਸਾਡੀ ਸੇਵਾ ਕਰਦੇ ਆ ਰਹੇ, ਸਮਾਜ ਸੇਵੀ ਕੰਮਾਂ ਨੂੰ ਸਭ ਤੋਂ ਪਹਿਲਾਂ ਪਹਿਲ ਦਿੰਦੇ ਆ, ਤੁਹਾਨੂੰ ਇਹ ਕਿਉਂ ਲੱਗਦਾ ਕਿ ਮੈਂ ਕਿਉਂ ਲੋਕਾਂ ਦੇ ਵਿੱਚ ਜਾ ਕੇ ਵਿਚਰਾਂ? ਕਿਉਂਕਿ ਲੋਕਾਂ ਨੂੰ ਆਪਣੇ ਆਪ 'ਚ ਇੰਨੇ ਉਲਝੇ ਹੁੰਦੇ ਆ, ਕੰਮ ਕਾਰ ਇੰਨੇ ਹੁੰਦੇ ਆ, ਤੁਸੀਂ ਇੰਨਾ ਸਮਾਂ ਕਿਵੇਂ ਵਾਰਡ ਵਾਸੀਆਂ ਲਈ ਕੱਢ ਲਿਓ, ਸਮਾਜ ਸੇਵੀ ਕੰਮਾਂ ਨੂੰ ਕਿਵੇਂ ਪਹਿਲ ਦਿੰਦੇ? ਅਸੀਂ ਪਹਿਲ ਦੇਵਾਂਗੇ, ਸਾਡਾ ਪਰਿਵਾਰ ਬਹੁਤ ਵੱਡਾ ਹੈ ਅਤੇ ਬੱਚੇ ਆ, ਭਤੀਜੇ ਆ, ਸਾਰਾ ਅਸੀਂ ਇਕੱਠੇ ਫੈਮਿਲੀ ਆ ਜੁਆਇੰਟ, ਸਾਡੇ ਕੋਲ ਟਾਈਮ ਹੈਗਾ, ਅਸੀਂ ਵਾਰਡ ਵਾਲਿਆਂ ਲਈ ਔਰ ਸ਼ਹਿਰ ਵਾਸੀਆਂ ਲਈ ਪੂਰਾ ਟਾਈਮ ਦੇਵਾਂਗੇ, ਦਿਨ ਰਾਤ ਉਹਨਾਂ ਦੀ ਸੇਵਾ ਲਈ ਹਾਜ਼ਰ ਹਾਂ। ਤੁਸੀਂ ਤਾਂ ਕਹਿਤਾ ਕਿ ਦਿਨ ਰਾਤ ਜਿਹੜੀ ਕਿ ਉਹਨਾਂ ਲਈ ਸੇਵਾ ਲਈ ਤਤਪਰ ਰਹਿਣਗੇ, ਜਦੋਂ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਆ ਅਤੇ ਲੋਕਾਂ ਵੱਲੋਂ ਤੁਹਾਨੂੰ ਕਿਹੋ ਜਿਹਾ ਰਿਸਪੋਂਸ ਮਿਲਦਾ ਹੈ? ਲੋਕ ਸਾਡੇ ਨਾਲ ਆ, ਪੂਰਾ ਸ਼ਹਿਰ ਮੇਰੇ ਨਾਲ ਆ ਜੀ, ਬਹੁਤ ਸਪੋਰਟ ਮਿਲ ਰਹੀ, ਫੁੱਲ ਸਪੋਰਟ, 200 ਤੋਂ ਵੱਧ ਤੋਂ ਅਸੀਂ ਮੈਂ ਵੋਟ ਤੋਂ ਜਿੱਤੂੰਗਾ, ਮੈਨੂੰ ਪੂਰਾ ਵਿਸ਼ਵਾਸ ਆ, ਮੇਰਾ ਪੂਰਾ ਵਾਰਡ, ਪੂਰਾ ਸ਼ਹਿਰ ਮੇਰੇ ਨਾਲ। ਜਦੋਂ ਲੋਕਾਂ ਦੇ ਵਿੱਚ ਵਿਚਰਦੇ ਹੋ, ਕੋਈ ਨਾ ਕੋਈ ਸਮੱਸਿਆ ਹੁੰਦੀਆਂ, ਸਭ ਤੋਂ ਪਹਿਲਾਂ ਤੁਹਾਨੂੰ ਵਾਰਡ ਦੇ ਵਿੱਚ ਕਿਹੜੀ ਸਮੱਸਿਆ ਜਿਹੜੀ ਕਿ ਦਿਖਦੀ ਆ ਤਾਂ ਜੋ ਪਹਿਲ ਦੇ ਆਧਾਰ 'ਤੇ ਤੁਸੀਂ ਹੱਲ ਕਰਵਾ ਸਕੋ? ਵਾਰਡ ਦੇ ਵਿੱਚ ਤਾਂ ਸਮੱਸਿਆ ਇਹ ਹੁੰਦੀ ਹੈ, ਪਹਿਲਾਂ ਲਾਈਟਿੰਗ ਚਾਹੀਦੀ ਆ, ਸਫਾਈ ਚਾਹੀਦੀ ਆ, ਦੂਸਰਾ ਸਾਡਾ ਸੀਵਰੇਜ ਦਾ ਕੰਮ ਰੁਕਿਆ ਆ, ਉਹ ਅਸੀਂ ਪੂਰਾ ਕਰਾਵਾਂਗੇ, ਨਵੀਂ ਜਦੋਂ ਕਮੇਟੀ ਸਾਡੀ ਬਣੀ ਵਿੱਚ ਬੈਠ ਕੇ ਅਸੀਂ, ਇਹ ਪਹਿਲਾ ਮੁੱਦਾ ਸਾਡਾ, ਸੀਵਰੇਜ ਚੱਲ ਨਹੀਂ ਰਿਹਾ ਸਾਡਾ, ਉਹਦੀ ਬੜੀ ਪ੍ਰੋਬਲਮ ਆ, ਉਹਨੂੰ ਮਸਲਾ ਹੱਲ ਕਰਾਉਣਾ ਅਸੀਂ ਸੀਵਰੇਜ। ਮੈਂ ਤੁਹਾਡੇ ਕੰਮਾਂ ਦੀ ਗੱਲ ਕਰਾਂ ਅਤੇ ਲੋਕਾਂ ਲਈ ਤੁਸੀਂ ਕੀ ਇਹੋ ਜਿਹਾ ਕੀਤਾ ਆ, ਅਤੇ ਲੋਕਾਂ ਦਾ ਕਿਵੇਂ ਤੁਹਾਡੇ ਜਿਹੜਾ ਵਿਸ਼ਵਾਸ ਬਰਕਰਾਰ ਰਿਹਾ ਆ? ਅਸੀਂ ਹਰ ਵਕਤ ਸ਼ਹਿਰ ਵਾਸਤੇ ਖੜ੍ਹੇ ਹਾਂ ਜੀ, ਗਰੀਬ ਦੀ ਆਪਣਾ ਮਦਦ ਕਰਦੇ ਹਾਂ, ਕੋਈ ਵੀ ਸਾਡੇ ਕੋਲ ਆਉਂਦਾ ਅਸੀਂ ਉਹਦੀ ਹੈਲਪ ਕਰਦੇ ਹਾਂ, ਹਰ ਵੇਲੇ ਸਾਡਾ ਪੂਰਾ ਪਰਿਵਾਰ ਹੈਲਪ ਕਰਦਾ। ਹਾਂਜੀ, ਲੱਗਦਾ ਕਿ ਪੂਰਾ ਹੈ ਜੋਸ਼ ਕਿ ਤੁਸੀਂ ਹੀ ਜਿੱਤੋਗੇ ਜਿਹੜੇ ਕਿ ਆ ਵਾਲੀਆਂ ਵੋਟਾਂ ਦੇ? ਬਿਲਕੁਲ, ਡੈਫੀਨੇਟਲੀ ਜਿੱਤਾਂਗੇ, 200 ਤੋਂ ਵੱਧ ਵੋਟ 'ਤੇ ਜਿੱਤੂੰਗਾ ਜੀ, 200 ਪਲੱਸ, ਮੇਰਾ ਨਾਲ ਪੂਰਾ ਵਾਰਡ ਨਹੀਂ, ਮੇਰਾ ਸ਼ਹਿਰ ਪੂਰਾ ਮੇਰੇ ਨਾਲ ਹੈ। ਇੱਕ ਤਾਂ ਹੁੰਦੇ ਆ ਇਹ ਵਾਲੇ ਕੰਮ ਜਿਹੜੇ ਕਿ ਵਾਰਡ ਦੇ ਵਿੱਚ ਕੰਮ ਕਰਵਾਉਣੇ, ਇਹ ਤਾਂ ਲੋਕਾਂ ਨੂੰ ਜਿਹੜੇ ਕਿ MC ਦੀ ਇੱਕ ਡਿਊਟੀ ਹੁੰਦੀ ਹੈ ਕਿ ਮੈਂ ਸਾਰੇ ਕੰਮ ਵਾਰਡ ਦੇ ਕਰਵਾਵਾਂ। ਇੱਕ ਲੋਕਾਂ ਨੇ ਇਹ ਵੀ ਹੁੰਦਾ ਕਿ ਜਦੋਂ ਸਾਡੇ ਦੁੱਖ ਸੁੱਖ ਦੇ ਵਿੱਚ ਸਾਡਾ MC ਆ ਕੇ ਖੜ੍ਹੇ, ਮਤਲਬ ਵਿਕਾਸ ਦੇ ਤੋਂ ਇਲਾਵਾ ਹੋਰ ਵੀ ਸਾਡੇ ਕੰਮ ਕਰਨੇ ਜੀ ਆ ਕੇ, ਇਹੋ ਜਿਹੀ ਤੁਸੀਂ ਕਰਨਗੇ ਕਿ ਨਹੀਂ ਕੰਮ? ਬਿਲਕੁਲ ਕਰਾਂਗੇ ਜੀ, ਦਿਨ ਰਾਤ ਖੜ੍ਹੇ ਹਾਂ, ਜਦੋਂ ਦਰਵਾਜ਼ਾ ਕੋਈ ਵੀ ਸਾਡਾ ਖੜਕਾਊਗਾ ਅਸੀਂ ਉਸੇ ਵੇਲੇ ਦਰਵਾਜ਼ਾ ਖੁੱਲ੍ਹਾ, ਸਾਡਾ ਪਹਿਲਾਂ ਵੀ ਖੁੱਲ੍ਹਾ, ਉਸ ਤੋਂ ਬਾਅਦ ਵੀ ਅਸੀਂ ਬੈਠੇ ਹਾਂ। ਕੀ ਸੰਦੇਸ਼ ਦੇਣਾ ਚਾਹੁੰਗੇ ਆਪਣੇ ਲੋਕਾਂ ਨੂੰ? ਸੰਦੇਸ਼ ਮੇਰਾ ਇਹੀ ਹੈ ਕਿ ਮੇਰੇ ਨਾਲ ਸਾਰਾ ਸ਼ਹਿਰ ਆ, ਬਹੁਤ ਉਹਨਾਂ ਦਾ ਧੰਨਵਾਦ ਕਰਦਾ ਸਾਰਿਆਂ ਦਾ, ਆਪਣੇ ਵਾਰਡ ਵਾਲਿਆਂ ਦਾ, ਪੂਰੇ ਸ਼ਹਿਰ ਵਾਲਿਆਂ, ਮੇਰੇ ਨਾਲ ਪੂਰਾ ਸ਼ਹਿਰ ਖੜ੍ਹਾ ਹੈ ਔਰ ਮੇਰਾ ਵਾਰਡ ਖੜ੍ਹਾ। ਸਰ, ਇੱਕ ਸਵਾਲ ਹੋਰ ਪੁੱਛਾਂਗੇ ਕਿ ਜਿਵੇਂ ਕਿ ਸਮਾਜ ਸੇਵੀ ਦੇ ਨਾਂ ਤੋਂ ਤੁਸੀਂ ਜਿਹੜਾ ਕਿ ਜਾਣੇ ਜਾਂਦੇ ਆ, ਲੋਕਾਂ ਨੂੰ ਬਹੁਤ ਵਧੀਆ ਹੁੰਗਾਰਾ ਮਿਲਦਾ ਆ, ਜਿਵੇਂ ਤੁਹਾਡੇ ਮੂੰਹੋਂ ਪੁੱਛਾਂ ਤਾਂ ਤੁਸੀਂ ਕੀ ਮਤਲਬ ਕਿਹੋ ਜਿਹੇ ਲੋਕਾਂ ਨੂੰ ਪਹਿਲ ਦਿੱਤੀ ਆ, ਕੀ ਸਮਾਜ ਸੇਵੀ ਦੇ ਆਧਾਰ 'ਤੇ ਕੰਮ ਕੀਤੇ ਆ? ਮੇਰੇ ਵੱਡੇ ਭਾਈ ਸਾਹਿਬ 30 ਸਾਲ ਤੋਂ ਮੰਦਰ ਸ਼੍ਰੀ ਬਾਬਾ ਭੂਤਨਾਥ ਐਵੇਂ ਗਊਸ਼ਾਲਾ ਦੇ ਪ੍ਰਧਾਨ ਆ, ਸਾਡਾ ਪੂਰਾ ਪਰਿਵਾਰ ਉੱਥੇ ਸੇਵਾ ਕਰਦਾ ਹੈ, ਉਹਨਾਂ ਦਾ ਬਹੁਤ ਯੋਗਦਾਨ ਆ, ਮੰਦਰ ਬਹੁਤ ਹੀ ਸੁੰਦਰ ਗਊਸ਼ਾਲਾ, ਤੁਸੀਂ ਨੂਰਮਹਿਲ ਸ਼ਹਿਰ ਦੇ ਵਿੱਚ ਇੱਕ ਇਤਿਹਾਸਿਕ ਮੰਦਰ ਆ ਔਰ ਵੱਡੀ ਗਊਸ਼ਾਲਾ, ਬਹੁਤ ਵੱਡੀ ਗਊਸ਼ਾਲਾ ਹੈ, ਉੱਥੇ ਸੇਵਾ ਕਰ ਰਿਹਾ ਸਾਡਾ ਪਰਿਵਾਰ ਔਰ ਮੇਰਾ ਰਾਜਕੁਮਾਰ ਮੈਨ, ਮੇਰੇ ਵੱਡੇ ਭਾਈ ਸਾਹਿਬ। ਇੱਕ ਸਵਾਲ ਹੋਰ ਕਰਾਂਗੇ, ਜਿਵੇਂ ਕਿ ਲੋਕਡਾਊਨ ਦੇ ਦੌਰਾਨ ਲੋਕਾਂ ਨੂੰ ਕਾਫੀ ਸਮੱਸਿਆ ਆ ਰਹੀ ਸੀ, ਆਰਥਿਕ ਤੌਰ 'ਤੇ ਜਿਹੜੇ ਕਿ ਮੰਦਹਾਲੀ ਦੇ ਵਿੱਚ ਗੁਜ਼ਰੇ ਸੀ, ਇਹੋ ਜਿਹੀ ਸਥਿਤੀ ਦੇ ਵਿੱਚ ਤੁਸੀਂ ਕੀ ਕੀਤਾ ਆਪਣੇ ਵਾਰਡ ਵਾਸੀਆਂ ਨੇ? ਲੋਕਡਾਊਨ ਦੇ ਵਿੱਚ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਰਹੇ ਹਾਂ ਔਰ ਮੈਂ ਫੋਟੋ ਨਹੀਂ ਕਿਸੇ ਨਾਲ ਖਿਚਾਈ ਅਤੇ ਮੈਂ ਗਰੀਬ ਦੀ ਮਦਦ ਬਹੁਤ ਕੀਤੀ ਹੈ ਪਰ ਅਸੀਂ ਕਿਸੇ ਨਾਲ ਫੋਟੋ ਨਹੀਂ ਖਿਚਾਈ ਹੈ, ਰਾਸ਼ਨ ਵਗੈਰਾ ਜੋ ਵੀ ਕਿਸੇ ਨੂੰ ਜ਼ਰੂਰਤ ਪੈਂਦੀ ਸੀ ਸਾਡੇ ਭਾਈ ਸਾਹਿਬ ਮੰਦਰ ਵੱਲੋਂ ਕਰਦੇ ਸੀ, ਅਸੀਂ ਆਪਣੇ ਤੌਰ 'ਤੇ ਵੀ ਕਰਦੇ ਰਹੇ।
नहीं होया कि अपने चहेतियां ने जड़ा कि राशन वगैरह मुहैया करवाया गया कि इक्वालिटी दे नाल ही सब नु जड़ा कि प्रोवाइड की। ਅਸੀਂ ਹਰ ਗਰੀਬ ਦੀ ਮਦਦ ਕੀਤੀ ਹੈ। ਤੁਸੀਂ ਜਾ ਕੇ ਪੁੱਛ ਸਕਦੇ ਆ ਜਿੱਥੇ ਜਿਹੜੇ ਕੁੱਲੀਆਂ ਵਾਲੇ ਬੈਠੇ ਆ ਜਾਂ ਕੋਈ ਵੀ ਬੈਠਾ ਉਹਨਾਂ ਨੂੰ ਤੁਸੀਂ ਸਾਡੇ ਬਾਰੇ ਜਾ ਕੇ ਪੁੱਛ ਸਕਦੇ ਵੀ ਹੈਲਪ ਹੋਈ ਹੈ ਕਿ ਨਹੀਂ ਹੋਈ। ਸ਼ੁਕਰੀਆ, ਥੈਂਕ ਯੂ ਸਰ। ਸੋ ਇਹ ਸੀਗੇ ਨੂਰਮਹਿਲ ਵਾਰਡ ਨੰਬਰ 2 ਤੋਂ ਅਨਿਲ ਮਹਿਨ ਜੀ, ਜਿਨ੍ਹਾਂ ਨੇ ਕਿਹਾ ਕਿ ਉਹ ਪਿਛਲੇ ਸਮੇਂ ਦੇ ਵਿੱਚ ਵੀ ਜਿਹੜੇ ਕਿ ਲੋਕਾਂ ਦੀ ਹਮੇਸ਼ਾ ਹੀ ਸੇਵਾ ਦੇ ਲਈ ਤਤਪਰ ਰਹਿੰਦੇ ਆ, ਅਤੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ MC ਬਣਨ ਦਾ ਮੌਕਾ ਮਿਲਿਆ ਤਾਂ ਇਸੇ ਤਰ੍ਹਾਂ ਜਿਹੜੀ ਕਿ ਆਪਣੀ ਜਨਤਾ ਦੀ ਸੇਵਾ ਕਰਦੇ ਰਹਿਣਗੇ। ਸੋ ਇਸ ਦੇ ਨਾਲ ਮੈਨੂੰ ਸੁਣਨ ਤੇ ਕੈਮਰਾਮੈਨ ਜਸੀ ਸੈਣ ਦੀ ਇਜਾਜ਼ਤ, ਧੰਨਵਾਦ। ਹੁਣ ਸਮੱਸਿਆ ਭਾਵੇਂ ਕਿੱਡੀ ਵੀ ਹੋਵੇ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਪੰਡਿਤ ਵਿਖੇ ਸ਼ਾਸਤਰੀ ਕਰਨਗੇ ਤੁਹਾਡੀ ਹਰ ਸਮੱਸਿਆ ਦਾ ਸਮਾਧਾਨ। ਸੱਤ ਸਮੁੰਦਰੋਂ ਪਾਰ ਬੈਠੇ ਵੀ ਤੁਸੀਂ ਇੱਕ ਫੋਨ ਤੇ ਕਰਵਾ ਸਕਦੇ ਹੋ ਕੰਮ, ਜਿਵੇਂ ਵਸ਼ੀਕਰਨ, ਲਵ ਮੈਰਿਜ, ਵਿਦੇਸ਼ ਵਿੱਚ ਪੱਕੇ ਹੋਣਾ, PR ਦੀ ਸਮੱਸਿਆ, ਸੌਂਤ ਦੁਸ਼ਮਣ ਤੋਂ ਛੁਟਕਾਰਾ, ਕਰਜ਼ਾ ਮੁਕਤੀ, ਪਤੀ ਪਤਨੀ ਵਿੱਚ ਕਲੇਸ਼, ਕੋਰਟ ਕਚਹਿਰੀ, ਬੱਚਿਆਂ ਦਾ ਕਹਿਣੇ ਤੋਂ ਬਾਹਰ, ਤੁਹਾਡੇ ਭੈਣ ਭਰਾ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਕਿਸੇ ਦੇ ਵੱਸ ਵਿੱਚੋਂ ਬਾਹਰ ਕੱਢਣ ਲਈ ਤੁਰੰਤ ਪੰਡਿਤ VK ਸ਼ਾਸਤਰੀ ਨੂੰ ਫੋਨ ਕਰੋ। ਸ਼੍ਰੀ ਸ਼ਾਮ ਜੋਤਿਸ਼ ਕੇਂਦਰ, ਢਿੱਲੋਂ ਮਾਰਕੀਟ, ਨਜ਼ਦੀਕ ਰੇਲਵੇ ਲਾਈਨ, ਗੁਰਾਇਆ। ਆਉਣ ਤੋਂ ਪਹਿਲਾਂ ਫੋਨ ਜ਼ਰੂਰ ਕਰੋ। ਫੋਨ ਨੰਬਰ 99682 98782।